ਜਿੱਦਾਂ ਕਿ ਸਬਜ਼ੀ 2 ਰੁਪਈਏ ਕਿਲੋ, ਭਿੰਡੀਆਂ 2 ਰੁਪਏ, ਕੱਦੂ 2 ਰੁਪਈਏ, ਕਣਕ ਦਾ ਕੋਈ ਰੇਟ ਨਹੀਂ ਵੱਧਦਾ, ਡੀਜ਼ਲ ਦਾ 70-80 ਰੁਪਏ ਰੇਟ ਹੋ ਗਿਆ। ਇਸ ਕਰਕੇ ਸਾਰੇ ਕਿਸਾਨ ਯੂਨੀਅਨ ਵੱਲੋਂ, ਸਾਰੇ 8-10 ਪਿੰਡਾਂ ਦੇ ਕਿਸਾਨਾਂ ਵੱਲੋਂ ਇਕੱਠਾ ਹੋ ਕੇ ਇਹਦਾ ਰੋਸ ਪ੍ਰਦਰਸ਼ਨ ਕੀਤਾ। ਤੁਹਾਡੀ ਕੀ ਮੰਗ ਹੈ ਜੀ ਸਰਕਾਰ ਕੋਲ? ਸਾਡੀ ਮੰਗ ਇਹ ਆ ਜੀ, ਜਿਹੜਾ ਸਾਡਾ ਫਸਲ ਆ, ਸਬਜ਼ੀ ਆ, ਕਣਕ ਆ, ਝੋਨਾ, ਮੱਕੀ, ਉਹਦਾ ਸਾਨੂੰ ਫਿਕਸ ਰੇਟ, ਪੱਕਾ ਰੇਟ ਮਿਲੇ ਜੋ ਬਣਦਾ ਮਾਰਕੀਟ ਦਾ। ਨਾਲ ਕਿਸਾਨਾਂ ਦੇ ਬੀਮੇ ਹੋਣ, ਸੈਂਟਰ ਗੌਰਮੈਂਟ ਸਾਡੀ ਸੁਣਦੀ ਨਹੀਂ ਕਿਸੇ ਦੀ ਵੀ। ਉਸ ਆਲ ਇੰਡੀਆ ਕਿਸਾਨ ਯੂਨੀਅਨ ਵੱਲੋਂ ਪਹਿਲੀ ਤਰੀਕ ਤੋਂ ਲਾ ਕੇ 10 ਤਰੀਕ ਤੱਕ। ਹਾਲੇ ਤੱਕ ਕੋਈ ਸਰਕਾਰ ਨੇ ਕੋਈ ਮੈਸੇਜ ਆਇਆ ਕਿ ਨਹੀਂ? ਹਾਲੇ ਕੋਈ ਮੈਸੇਜ ਨਹੀਂ ਆਇਆ। ਉਹ ਧਰਨਾ ਬੰਦ ਕਰਨ ਲਈ ਕੋਈ ਕਿਹਾ ਹੋਵੇ ਕੁਛ? ਨਹੀਂ ਜੀ, ਹਾਲੇ ਕੁਛ ਨਹੀਂ ਆਇਆ। ਹਾਲੇ ਕੋਈ ਨਹੀਂ, ਇੱਥੇ ਸਰਕਾਰੀ ਮੁਲਾਜ਼ਮ ਕੋਈ ਨਹੀਂ ਪਹੁੰਚਿਆ, ਕੋਈ ਅਫਸਰ ਨਹੀਂ ਆਇਆ, ਕੋਈ ਮੰਤਰੀ ਨਹੀਂ ਆਇਆ, ਕੋਈ ਐਮਐਲਏ ਨਹੀਂ ਆਇਆ, ਕੋਈ ਨਹੀਂ ਪਹੁੰਚਿਆ। ਇਹ ਕਿੰਨੇ ਚਿਰ ਲਈ ਚੱਲੂਗਾ ਜੀ ਤੁਹਾਨੂੰ? ਇਹ 10 ਤਰੀਕ ਨੂੰ ਆਲ ਇੰਡੀਆ ਬੰਦ ਦਾ ਸੱਦਾ ਵਾ ਜੀ। 9 ਤੱਕ ਧਰਨਾ, 10 ਨੂੰ ਬੰਦ ਦਾ, ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਹੋ ਜਾਂਦਾ। ਧਰਨਾ ਲਾਇਆ ਉਹਨਾਂ ਨੂੰ, ਇਹ ਹਦਾਇਤ ਕੀਤੀ ਸ਼ਾਂਤੀ ਧਰਨਾ ਆਪਣੇ ਹਾਈਵੇ ਰੋਡ ਤੋਂ ਜਾਂ ਸਾਈਡ 'ਤੇ ਲਾਓ। ਉਹਨਾਂ ਇਹ ਗੱਲ ਨੂੰ ਮੰਨ ਲਿਆ ਕਿ ਸਾਈਡ 'ਤੇ ਬਹਿ ਕੇ ਧਰਨਾ ਲਾਉਣਾ, ਕੋਈ ਵੀ ਉਹ ਜਿਹੜੀ ਮਾੜੀ ਜਾਂ ਕੋਈ ਭੰਨ ਤੋੜ ਵਾਲੀ ਗੱਲ ਨਹੀਂ ਕਰਾਂਗੇ। ਉਹਨਾਂ ਨੂੰ ਸਮਝਾ ਕੇ ਇੱਕ ਸਾਈਡ 'ਤੇ ਕਰਤਾ, ਉਹ ਆਪਣੇ ਸ਼ਾਨ ਵਿੱਚ ਧਰਨਾ। ਸਰ ਕੋਈ ਖਬਰ ਤਾਂ ਨਹੀਂ ਆਈ ਕੋਈ ਇੱਦਾਂ ਦੀ ਭੰਨ ਤੋੜ ਵਾਲੀ? ਨਹੀਂ, ਕੋਈ ਖਬਰ ਨਹੀਂ।